हेलो स्टूडेंट्स इन दिस वीडियो वी आर गोइंग टू डिस्कस अबाउट द इफेक्ट ऑफ आइसोटोपिक सबस्टिट्यूशन अपॉन रोटेशनल स्पेक्ट्रम कि असी किसी कंपाउंड रोटेशनल स्पेक्ट्रम रिकॉर्ड किया वी आर कैरिंग आउट रोटेशनल स्पेक्ट्रोस्कोपी ऑफ सम कंपाउंड ठीक है स्पेक्ट्रम बन के साथ बार आ गया ਤੇ ਫਿਰ ਅਸੀਂ ਕੀ ਕਰਦੇ ਹਾਂ ਉਸੇ ਸਬਸਟੈਂਸ ਦੇ ਵਿੱਚ ਜਿਹੜੇ ਐਟਮਸ ਲੱਗੇ ਆ ਮੋਲੀਕਿਊਜ਼ ਦੇ ਵਿੱਚ ਜਿਹੜੇ ਐਟਮਸ ਆ ਉਹਨਾਂ ਦੇ ਵਿੱਚੋਂ ਕਿਸੇ ਇੱਕ ਐਟਮ ਨੂੰ ਅਸੀਂ ਉਹਦੇ ਆਈਸੋਟੋਪ ਦੇ ਨਾਲ ਸਬਸਟੀਟਿਊਟ ਕਰਕੇ ਤੇ ਦੁਬਾਰਾ ਉਹਦਾ ਰੋਟੇਸ਼ਨਲ ਸਪੈਕਟ੍ਰਮ ਰਿਕਾਰਡ ਕਰਦੇ ਹਾਂ ਤੇ ਫਿਰ ਦੇਖਦੇ ਹਾਂ ਕਿ ਆਈਸੋਟੋਪਿਕ ਸਬਸਟੀਟਿਊਸ਼ਨ ਦੇ ਨਾਲ ਰੋਟੇਸ਼ਨਲ ਸਪੈਕਟ੍ਰਮ ਤੇ ਕੀ ਫਰਕ ਪੈਂਦਾ ਜਿੱਦਾਂ ਫੋਰ ਐਗਜ਼ਾਮਪਲ ਵੀ ਹੈਵ ਐਚ ਸੀ ਮੈਲੋਸੀ HCl ਦਾ ਰੋਟੇਸ਼ਨਲ ਸਪੈਕਟ੍ਰਮ ਰਿਕਾਰਡ ਕਰ ਲਿਆ। ਫਿਰ ਆਪਾਂ ਕੀ ਕਰਦੇ ਆਂ ਫਿਰ ਆਪਾਂ H ਨੂੰ ਰਿਪਲੇਸ ਕਰ ਕਰ ਦਿੰਦੇ ਆਂ ਉਹਦੇ ਆਈਸੋਟੋਪ ਦੇ ਨਾਲ ਡਿਊਟੀਰੀਅਮ ਨਾਲ। ਫਿਰ ਆਪਾਂ ਰਿਕਾਰਡ ਕਰਦੇ ਆਂ DCl ਦਾ ਰੋਟੇਸ਼ਨਲ ਸਪੈਕਟ੍ਰਮ। ਫਿਰ ਆਪਾਂ ਦੋਨਾਂ ਨੂੰ ਕੰਪੇਅਰ ਕਰਦੇ ਆਂ। ਆਪਾਂ ਇਹੀ ਇਫੈਕਟ ਦੇਖਣਾ ਕਿ ਆਈਸੋਟੋਪ ਦੇ ਨਾਲ ਸਬਸਟੀਟਿਊਸ਼ਨ ਕਰਨ ਤੇ ਰੋਟੇਸ਼ਨਲ ਸਪੈਕਟ੍ਰਮ ਨੂੰ ਕੀ ਫਰਕ ਪੈਂਦਾ ਰੋਟੇਸ਼ਨਲ ਸਪੈਕਟ੍ਰਮ 'ਚ ਕਿਸ ਤਰ੍ਹਾਂ ਦੇ ਚੇਂਜਸ ਆਉਂਦੇ ਆ। ਠੀਕ ਹੈ ਬੇਟਾ। ਤੋ ਦੇਖੋ ਸਾਨੂੰ ਪਤਾ ਵਾ ਕਿ ਅਗਰ ਆਪਾਂ ਇੱਕ ਮੋਲੀਕਿਊਲ ਨੂੰ ਰੋਟੇਟ ਕਰਦੇ ਹਾਂ ਡਾਇਟੋਮਿਕ ਮੋਲੀਕਿਊਲ ਕੋਈ ਕਨਸਿਡਰ ਕੀਤਾ ਰਿਜਿਡ ਰੋਟੇਟਰ ਆ ਹੋ ਤਾਂ ਉਹਦੀ ਜਿਹੜੀ એનર્ਜੀ ਆ E ਜੇ ਬਾਅਦ ਇਟ ਇਜ਼ ਇਕੁਅਲ ਟੂ B J ਇੰਟੂ J+1 ਦਿਸ ਇਜ਼ ਦਾ એનર્ਜੀ ਆਫ ਐਨੀ ਰੋਟੇਸ਼ਨਲ એનર્ਜੀ ਲੈਵਲ ਵਿਦ ਕੁਆਂਟਮ ਨੰਬਰ J ਦਾ ਕੁਆਂਟਮ ਨੰਬਰ J ਹੋਵੇ ਠੀਕ ਹੈ ਐਂਡ ਬੀ ਕਿ ਦੇ ਬਰਾਬਰ ਹੁੰਦਾ b, b h 8 π² ic j j 1 ਆ ਹੁੰਦੀ ਹੈ એનર્ਜੀ ਠੀਕ ਹੈ ਜੀ ਹੁਣ ਦੇਖੋ ਵੈਨ ਆਈਸੋਟੋਪਿਕ ਸਬਸਟੀਟਿਊਸ਼ਨ ਇਜ਼ ਕੈਰੀਡ ਆਊਟ ਇਹ ਆਈਸੋਟੋਪਿਕ ਸਬਸਟੀਟਿਊਸ਼ਨ ਇਜ਼ ਡਨ ਜਦੋਂ ਅਸੀਂ ਆਈਸੋਟੋਪਿਕ ਸਬਸਟੀਟਿਊਸ਼ਨ ਕਰਦੇ ਆ ਉਦੋਂ ਕੀ ਹੁੰਦਾ ਵਾ ਹੁਣ ਜਿਹੜਾ ਆਈਸੋਟੋਪ ਹੁੰਦਾ ਇਟ ਇਜ਼ ਹੈਵੀਅਰ ਦੈਨ ਨਾਰਮਲ ਐਟਮ ਜਿੱਦਾਂ ਡਿਊਟੀਰੀਅਮ ਹਾਈਡਰੋਜਨ ਤੋਂ ਹੈਵੀ ਆ ਉਹਦਾ ਜਿਹੜਾ ਮੋਲਰ ਮਾਸ ਆ ਐਟੋਮਿਕ ਮਾਸ ਆ ਉਹ ਹਾਈਡਰੋਜਨ ਤੋਂ ਜ਼ਿਆਦਾ ਵਾ ਹਾਈਡਰੋਜਨ ਦਾ 1 ਉਹ ਦਾ 2 ਆ ਤੋ ਆਈਸੋਟੋਪ ਇਜ਼ ਆਲਵੇਜ਼ ਹੈਵੀਅਰ ਦੈਨ ਨਾਰਮਲ ਐਟਮ ਜਿਹੜਾ ਨਾਰਮਲੀ ਆਪਾਂ ਯੂਜ਼ ਕਰਦੇ ਆ ਐਲੀਮੈਂਟ ਉਹਦਾ ਜਿਹੜਾ ਆਈਸੋਟੋਪ ਆ ਉਹ ਤੋਂ ਹੈਵੀ ਹੁੰਦਾ ਤੋ ਜਦੋਂ ਆਪਾਂ ਆਈਸੋਟੋਪਿਕ ਸਬਸਟੀਟਿਊਸ਼ਨ ਕਰ ਦਿੰਨੇ ਆ ਦੈਨ ਮਿਊ ਇਨਕਰੀਸਸ ਜਿਹੜਾ ਰਿਡਿਊਸਡ ਮਾਸ ਆ ਮਿਊ ਜਿਹੜਾ ਆ ਉਹ ਹਮੇਸ਼ਾ ਇਨਕਰੀਸ ਕਰਦਾ ਕਿਉਂ ਇਨਕਰੀਸ ਕਰਦਾ ਕਿਉਂਕਿ ਆਈਸੋਟੋਪ ਹੈਵੀ ਹੁੰਦਾ ਤੋ ਮਿਊ ਇਨਕਰੀਸ ਕਰ ਗਿਆ ਵਿਚ ਮੀਨਸ ਆਈ ਇਨਕਰੀਸਸ ਵਾਈ ਆਈ ਇਨਕਰੀਸਸ ਬਿਕੋਜ਼ ਆਈ ਇਜ਼ ਇਕੁਅਲ ਟੂ ਮਿਊ ਆਰ ਸਕੁਅਰ ਜਦੋਂ ਆਈਸੋਟੋਪਿਕ ਸਬਸਟੀਟਿਊਸ਼ਨ ਹੋ ਗਈ HCl ਤੋਂ DCl ਬਣ ਗਿਆ HCl ਦੇ ਮਿਊ ਨਾਲੋਂ DCl ਦਾ ਮਿਊ ਜ਼ਿਆਦਾ ਹੋਊਗਾ De HCl ਦੇ I ਨਾਲ ਉਹ DCl ਦਾ I ਜਾਤਾ ਹੋਊਗਾ ਠੀਕ ਹੈ ਤਾਂ ਅਗਰ I ਇਨਕਰੀਸ ਕਰਦਾ ਦਿਸ ਇੰਪਲਾਈਜ਼ E ਜੇ ਡਿਕਰੀਸ ਕਿਉਂਕਿ I ਇਜ਼ ਇਨ ਦਾ ਡਿਨੋਮੀਨੇਟਰ ਅਗਰ I ਇਨਕਰੀਸ ਕਰੂਗਾ ਤਾਂ E ਜੇ ਦੀ ਵੈਲਿਊ ਡਿਕਰੀਸ ਕਰੇਗੀ ਤਾਂ ਫਿਰ ਕੀ ਅਸੀਂ ਸਿੱਟਾ ਕੱਢਦੇ ਹਾਂ ਕਿ ਜਦੋਂ ਆਈਸੋਟੋਪਿਕ ਸਬਸਟੀਟਿਊਸ਼ਨ ਕੀਤੀ ਜਾਂਦੀ ਆ ਉਦਾ ਪਹਿਲਾ ਇਫੈਕਟ ਕੀ ਪੈਂਦਾ એનર્ਜੀ ਆਫ ਈਚ ਰੋਟੇਸ਼ਨਲ એનર્ਜੀ ਲੈਵਲ ਡਿਕਰੀਸਸ ਇਹ ਪਹਿਲਾ ਇਫੈਕਟ ਹੈ ਤੇ ਦੂਸਰਾ ਇਫੈਕਟ ਕੀ ਪੈਂਦਾ ਜੇ ਆਪਾਂ ਸਿਰਫ ਬੀ ਦੀ ਗੱਲ ਕਰੀ ਇਫ ਵੀ ਟਾਕ ਓਨਲੀ ਅਬਾਊਟ ਬੀ ਕਿ ਦੇ ਬਰਾਬਰ ਆ ਐਚ ਅਪ 8 ਪਾਈ ਸਕੁਅਰ ਆਈ ਸੀ अगर आई वधगा तब बी डिक्रीज करूंगा इफ आई इनक्रीज ई जे बार डिक्रीजेज बी ऑल्सो डिक्रीजेस दोनों डिक्रीज करते हैं तो एनर्जी ऑफ ईच रोटेशनल एनर्जी लेवल डिक्रीजेस एज वेल एज वैल्यू ऑफ बी ऑल्सो डिक्रीजेस बी भी डिक्रीज करना ਆ ਚੀ ਸਾਰੀ ਡਿਕਰੀਸ ਕਰ ਦਈਏ ਸਾਰੀ B ਹੈ ਜੇ B ਕਾ ਡੁਗਾ ਡੈਫੀਨਿਟਲੀ E 제 ਬਾਰਤਾ ਘਟਨੇ ਘਟਣਾ ਵਾ ਹੁਣ ਇਹ ਦੋਨੋਂ ਅਲੱਗ-ਅਲੱਗ ਮੈਂ ਕਿਉਂ ਲਿਖੇ ਕਿਉਂਕਿ ਆਪਾਂ ਨੂੰ ਅੱਗੇ ਅਲੱਗ-ਅਲੱਗ ਹੀ ਡਿਸਕਸ਼ਨ ਕਰਨੀ ਹੈ ਨਾ ਦੋਨਾਂ ਦੀ ਹੁਣ ਇਹਨੂੰ ਆਪਾਂ ਡਰਾਅ ਕਿੱਦਾਂ ਕਰੀਏ ਤੋਂ ਸਿੰਪਲ ਜੀ ਗੱਲ ਆ ਬੇਟਾ ਅਗਰ ਆਪਾਂ એનર્ਜੀ ਲੈਵਲਸ ਡਰਾਅ ਕਰਦੇ ਮੰਨ ਲਓ ਆ એનર્ਜੀ ਲੈਵਲਸ ਆਪਾਂ ਡਰਾਅ ਕਰ ਰਹੇ ਆਂ ਵਿਦਆਊਟ ਆਈਸੋਟੋਪਿਕ ਸਬਸਟੀਟਿਊਸ਼ਨ ਆ ਪਹਿਲਾ એનર્ਜੀ ਲੈਵਲ ਆ आ दूसरा एनर्जी लेवल आ अगला एनर्जी लेवल हो गया दिस इज नेक्स्ट वन दिस इज नेक्स्ट वन एंड सो ऑन से दिस इज जे इज ईकवल टू जीरो जे इज इक्वल टू वन जे इज ईक्वल टू टू जे इज इक्वल टू थ्री जे इज ईकवल टू फोर एंड सो ऑन ठीक है तो एक ए एनर्जी लैवल्स कि अनसबस्टिट्यूटड जदों असी सबस्टिट्यूशन नहीं की हुई दिस इज दीज आर द एनर्जी लैवल्स फॉर substance in which substitution is not done isotopic substitution is not done ਜਦੋਂ ਆਪਾਂ ਆਈਸੋਟੋਪਿਕ ਸਬਸਟੀਟਿਊਸ਼ਨ ਕਰਤੀ ਉਦੋਂ ਕੀ ਹੋਣਾ ਵਾ ਹਰੇਕ ਰੋਟیشنل એનર્ਜੀ ਲੈਵਲ ਦੀ એનર્ਜੀ ਡਿਕਰੀਸ ਕਰਨੀ ਆ ਤਾਂ ਇਹਦੀ ਤਾਂ ਸੇਮ ਰਹੇਗੀ ਕਿਉਂਕਿ ਜੇ ਇਸ ਇਕੁਅਲ ਟੂ 0 ਦੀ 0 ਹੀ ਹੁੰਦੀ ਆ ਟੂ ਇਟ ਵਿਲ ਰਿਮੇਨ ਸੇਮ ਜੇ ਇਸ ਇਕੁਅਲ ਟੂ 0 ਇਹਦੀ એનર્ਜੀ ਥੋੜੀ ਜੀ ਡਿਕਰੀਸ ਕਰਗੀ जे इज़ इक्वल टू वन ए दी भी डिक्रीज कर गई जे इज इक्वल टू टू ए दी भी यिक्रीज करगी जे इज इक्वल टू थ्री ए दी भी डिक्रीज करगी जे इज इक्वल टू फोर एंड सो ऑन तो ए एनर्जी लैवल्स कि वेन आईसो टोपिक सबस्टिट्यूशन इज डन जो आइसोटोपिक सबस्टिट्यूशन करती है हम एक चीज इस हो नोट करने वाली आ नोट करने वाली आ द डिक्रीज इन एनर्जी ऑफ अ पटीकुलर रोटेशनल एनर्जी लैवल इज डायरेक्टली प्रपोर्शनल टू इट्स जे वैल्यू मोर इज द जे वैल्यू ऑफ अ पटीकुलर रोटेशनल एनर्जी लैवल मोर विल बी द डिक्रीज इन इट्स एनर्जी वैन आइसोटोपिक सबस्टिट्यूशन इज कैरीड आउट इन द सबांस देख सकते हो j=1 ਦੀ એનર્ਜੀ ਬਹੁਤ ਘੱਟ ਘੱਟੀ ਆ j=2 ਦੀ ਉਸ ਤੋਂ ਜ਼ਿਆਦਾ ਘੱਟੀ j=3 ਦੀ ਉਸ ਤੋਂ ਜ਼ਿਆਦਾ j=4 ਦੀ ਉਸ ਤੋਂ ਵੀ ਜ਼ਿਆਦਾ ਤਾਂ ਮੋਰ ਇਸ ਦਾ ਜੇ ਵੈਲਿਊ ਮੋਰ ਵਿਲ ਬੀ ਦਾ ਡਿਕਰੀਸ ਇਨ ਦਾ એનર્ਜੀ ਆਫ दैट ਪਾਰਟਿਕੂਲਰ ਰੋਟੇਸ਼ਨਲ એનર્ਜੀ ਲੈਵਲ ਅਪਨ ਆਈਸੋਟੋਪਿਕ ਸਬਸਟੀਟਿਊਸ਼ਨ ਇਹ ਵੀ ਚੀਜ਼ ਯਾਦ ਰੱਖਣੀ ਆ ਪਹਿਲੀ ਚੀਜ਼ ਕੀ ਯਾਦ ਰੱਖਣੀ ਕਿ એનર્ਜੀ ਘੱਟੀ ਆ ਹਰ ਲੈਵਲ ਦੀ ਦੂਜੀ ਚੀਜ਼ ਕੀ ਯਾਦ ਰੱਖਣੀ ਆ ਕਿ ਕਿੰਨੀ ਘੱਟੀ ਆ ਉਹ ਜੇ ਵੈਲਿਊ ਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਆ ਜਿੰਨੀ ਜੇ ਵੈਲਿਊ ਜ਼ਿਆਦਾ ਉੰਨਾ ਹੀ એનર્ਜੀ ਦੇ ਵਿੱਚ ਡਿਕਰੀਮੈਂਟ ਜ਼ਿਆਦਾ ਆਣਾ तो ये बेटा आप ड्रॉ करते हूँ एनर्जी लैवल जो आप हम जनरल स्पैक्ट्रम ड्रॉ करिए हम देखो स्पैक्ट्रम आपडे ड्रॉ किया दिस इज जनरल पैटर्न ऑफ रोटेल स्पैक्ट्रम ऑल द लाइनज आर इक्वी स्पेस्ड एंड वॉट इज द स्पेसिंग फ्रीकुएसी सपरेशन इज टू बी आ स्पैक्ट्रम बन के थोड़े को बहर आ गया ठीक है आ कि दिस इज टू बी फ्रीकुएसी सपरेशन फाइन ਤੋ b ਦੀ ਵੈਲਿਊ ਵੀ ਘਟਦੀ ਆ ਜਦੋਂ ਆਪਾਂ ਆਈਸੋਟੋਪਿਕ ਸਬਸਟੀਟਿਊਸ਼ਨ ਕਰਾ ਦਿੰਨੇ ਆ b ਦੀ ਵੈਲਿਊ ਘਟਦੀ b ਦੀ ਵੈਲਿਊ ਘਟਣ ਦਾ ਮਤਲਬ ਕੀ ਆ ਦਾ ਫ੍ਰੀਕੁਐਂਸੀ ਸੈਪਰੇਸ਼ਨ ਡਿਕਰੀਜ਼ ਅਗਰ ਇਫ b ਡਿਕਰੀਜ਼ਸ ਮੀਨਸ 2b ਆਲਸੋ ਡਿਕਰੀਜ਼ਸ ਤੇ ਵਾਟ ਇਜ਼ 2b 2b ਇਸ ਦਾ ਫ੍ਰੀਕੁਐਂਸੀ ਸੈਪਰੇਸ਼ਨ ਵਾਟ ਇਜ਼ ਫ੍ਰੀਕੁਐਂਸੀ ਸੈਪਰੇਸ਼ਨ ਦਾ ਸੈਪਰੇਸ਼ਨ ਬੀਟਵੀਨ ਸਪੈਕਟਰਲ ਲਾਈਨਸ ਇਨ ਦਾ ਰੋਟੇਸ਼ਨਲ ਸਪੈਕਟਰਮ इज कॉल्ड फ्रीक्वेंसी सेपरेशन देखो लाइंस इन द रोटे स्पेक्ट्रम आर इक्वी स्पेस एंड द स्पेसिंग इज टू बी विच इज कॉल्ड फ्रीक्वेंसी सेपरेशन तो बी घटेगा तो फ्रीकुएंसी सेपरेशन घटेगी फ्रीकुएंसी सेपरेशन घटूगी मतलब जपैक्ट्रल लाइनज आ उन्होंने विचकार स्पेसिंग घट जूगी और थोड़िया नज़दीक दे विल कम कलोज टू विच अदर एनी कॉन्सटेंट आ स्पेसिंग विल रिमेन सेम इन बिटवीन एनी टू एडज स्पैक्ट्रल लाइनस बट दैट स्पेसिंग विल डिक्रीज ਇਨੂੰ ਆਪਾਂ ਕੰਪੈਰੀਜ਼ਨ ਵਾਸਤੇ ਕਿੱਦਾਂ ਲਿਖ ਸਕਦੇ ਆ ਦੇਖੋ ਤਾਂ ਮੰਨ ਲਓ ਆਪਾਂ ਲਾਈਨਸ ਡਰਾ ਕਰਤੀਆਂ ਫਾਰ ਨੋਨ ਸਬਸਟੀਟਿਊਟਡ ਸਬਸਟੈਂਸ ਜਦੋਂ ਆਈਸੋਟੋਪਿਕ ਸਬਸਟੀਟਿਊਸ਼ਨ ਨਹੀਂ ਕੀਤੀ ਇਧਰਲੇ ਪਾਸੇ ਕੀ ਆ ਇੰਟੈਂਸਿਟੀ ਔਰ ਇਧਰਲੇ ਪਾਸੇ ਵੀ ਹੈ ਫ੍ਰੀਕਵੈਂਸੀ ਵੇਵ ਨੰਬਰ ਜਿਹਨੂੰ ਆਪਾਂ ਕਹਿ ਦਿੰਨੇ ਆ ਹੁਣ ਆ ਦੇਖੋ ਲਾਈਨਸ ਜਿਹੜੀ ਸਪੇਸਿੰਗ ਆ 2b ਇਸ ਕਨਸਟੈਂਟ ਹੁਣ ਇਹ ਸਪੇਸਿੰਗ ਘਟਾਉਣੀ ਆ ਆਪਾਂ ਦਿਸ ਸਪੇਸਿੰਗ ਹੈਜ਼ ਟੂ ਬੀ ਡਿਕਰੀਸਡ ਲੇਕਿਨ ਰੱਖਣੀ ਸੇਮ ਆ ਤੋਂ ਆ ਲਾਈਨ ਥੋੜੀ ਪਿੱਛੇ ਲੈ ਜਾਂਦੀ ਠੀਕ ਹੈ ਹੁਣ ਜਿਹੜਾ ਆ ਵਾਲਾ ਗੈਪ ਆ ਇਹਨੂੰ ਮੇਨਟੇਨ ਰੱਖਣਾ ਆ ਲਾਈਨ ਪਿੱਛੇ ਆ ਗਈ ਥੋੜੀ ਜੀ ਆ ਲਾਈਨ ਉਸ ਤੋਂ ਵੀ ਪਿੱਛੇ ਲੈ ਜਾਂਦੀ इस तरीके ज वाला गैप आ दिस गैप इज टू बी एंड ज आ वाला गैप गैप इज टू बी डैश टू बी की हो गया फ्रीक्वेंसी सेपरेशन फॉर नॉन सबस्टिट्यूटेड ਸਬਸਟੈਂਸ ਤੇ 2b ਡੈਸ਼ ਕੀ ਹੋ ਗਿਆ ਫ੍ਰੀਕਵੈਂਸੀ ਸੈਪਰੇਸ਼ਨ ਫਾਰ ਸਬਸਟੀਟਿਊਟਿਡ ਸਬਸਟੈਂਸ ਜਦੋਂ ਸਬਸਟੀਟਿਊਸ਼ਨ ਕਰਤੀ ਉਦੋਂ b ਦੀ ਵੈਲਿਊ ਘਟਣੀ ਆ ਤੋਂ b ਨੂੰ ਆਪਾਂ ਉਦੋਂ b ਡੈਸ਼ ਕਹਿੰਦਾ 2b ਡੈਸ਼ ਇਜ਼ ਲੈਸ ਦੈਨ 2b ਇੱਥੇ ਤੁਸੀਂ ਬਕਾਇਦਾ ਲਿਖ ਸਕਦੇ ਹੋ ਸੋਲਿਡ ਜਿਹੜੀ ਸੋਲਿਡ ਲਾਈਨਸ ਦੇ ਰਿਪਰਿਜ਼ੈਂਟ ਸਪੈਕਟਰਲ ਲਾਈਨਸ ਆਫ ਨੋਨ ਸਬਸਟੀਟਿਊਟਿਡ ਸਬਸਟੈਂਸ ਐਂਡ ਜਿਹੜੀਆਂ ਡਾਟਡ ਲਾਈਨਸ ਆ ਦੇ ਆਰ ਦਾ ਸਪੈਕਟਰਲ ਲਾਈਨਸ ਫਾਰ ਸਬਸ ਆਈਸੋਟੋਪਿਕਲੀ ਸਬਸਟੀਟਿਊਟਿਡ ਸਬਸਟੈਂਸ ਇਹ ਆਪਾਂ ਨਾਲ ਮੈਂਸ਼ਨ ਕਰ ਸਕਦੇ ਆ ਇੱਥੇ ਫਾਰ ਬੈਟਰ ਕਲੈਰਟੀ ਹੁਣ ਜਿਹੜੀ ਆਈਸੋਟੋਪਿਕ ਸਬਸਟੀਟਿਊਸ਼ਨ ਆ ਦੋ ਇਫੈਕਟ ਸੀਗੇ ਦੋਨੋ ਇਫੈਕਟ ਆਪਾਂ ਪੜ੍ਹ ਲੈ ਐਨਰਜੀ ਵੀ ਘਟ ਜਾਂਦੀ ਏ ਤੇ B ਦੀ ਵੈਲਿਊ ਵੀ ਹੁਣ ਇਹਦਾ ਇਹਦੀ ਇੰਪੋਰਟੈਂਸ ਕੀ ਆ ਸਿਗਨੀਫੀਕੈਂਸ ਕੀ ਆ ਆਈਸੋਟੋਪਿਕ ਸਬਸਟੀਟਿਊਸ਼ਨ ਦਾ ਹੁਣ ਸਿਗਨੀਫਿਕੈਂਸ ਬੇਟਾ ਇਹਦਾ ਇਹ ਹੈ ਕਿ ਆਪਾਂ ਕਿਸੇ ਵੀ ਸਬਸਟੈਂਸ ਦੇ ਵਿੱਚ ਕਿਸੇ ਵੀ ਐਲੀਮੈਂਟ ਦੇ ਆਈਸੋਟੋਪ ਦਾ ਮੋਲਰ ਮਾਸ ਕੱਢ ਸਕਦੇ ਹਾਂ ਬਾਏ ਮੇਕਿੰਗ ਯੂਜ਼ ਆਫ ਥਿਸ ਰੋਟیشنل ਸਪੈਕਟ੍ਰੋਸਕੋਪੀ ਐਂਡ ਬਾਏ ਕੈਰੀਿੰਗ ਆਊਟ ਦਾ ਆਈਸੋਟੋਪਿਕ ਸਬਸਟੀਟਿਊਸ਼ਨ ਵੀ ਕੈਨ ਕੈਲਕੂਲੇਟ ਦਾ ਮੋਲਰ ਮਾਸ ਆਫ ਆਈਸੋਟੋਪ ਆਫ ਐਨੀ ਐਲੀਮੈਂਟ ਉਹ ਕਿਦਾਂ ਪਹਿਲਾਂ ਆਪਾਂ ਨੋਨ ਸਬਸਟੀਟਿਊਟਿਡ ਸਬਸਟੈਂਸ ਲਿਆ ਐਚसीएल ਉਦਾ ਸਪੈਕਟ੍ਰਮ ਰਿਕਾਰਡ ਕਰ ਲਿਆ ਰੋਟੇਸ਼ਨਲ ਸਪੈਕਟ੍ਰਮ ਤੇ ਉੱਥੋਂ ਆਪਾਂ ਨੂੰ ਵੈਲਿਊ ਪਤਾ ਲੱਗ ਗਈ 2b ਦੀ ਤੇ 2b ਤੋਂ ਆਪਾਂ b ਫਾਈਂਡ ਆਊਟ ਕਰ ਲਿਆ b ਕਿਤੋਂ ਫਾਈਂਡ ਆਊਟ ਕੀਤਾ b ਫਾਊਂਡ ਫਰੋਮ ਰੋਟੇਸ਼ਨਲ ਸਪੈਕਟ੍ਰਮ ਆਫ ਅਨਸਬਸਟੀਟਿਊਟਿਡ ਸਬਸਟੈਂਸ ਫੇਰ ਆਪਾਂ ਕੀ ਕੀਤਾ ਫੇਰ ਆਪਾਂ ਉਹਦੇ ਵਿੱਚ ਆਈਸੋਟੋਪ ਲਗਾਤਾ ਠੀਕ ਹੈ ਸਬਸਟੀਟਿਊਟਡ ਸਬਸਟੈਂਸ ਲੈ ਲਿਆ ਸਾਨੂੰ ਪਤਾ ਨਹੀਂ ਆਈਸੋਟੋਪ ਦਾ ਮਾਸ ਕਿੰਨਾ ਵਾ ਮੰਨ ਲਓ ਆਪਾਂ HCl ਨੂੰ DCl ਬਣਾਤਾ D ਦਾ ਸਾਨੂੰ ਪਤਾ ਨਹੀਂ ਮੋਲਰ ਮਾਸ ਕਿੰਨਾ ਆਪਾਂ ਕੱਢਣਾ ਵਾ HCl ਨੂੰ DCl ਬਣਾਤਾ ਫਿਰ ਆਪਾਂ DCl ਦਾ ਰੋਟੇਸ਼ਨ ਸਪੈਕਟ੍ਰਮ ਰਿਕਾਰਡ ਕੀਤਾ ਜਦੋਂ ਆਪਾਂ DCl ਦਾ ਰੋਟੇਸ਼ਨ ਸਪੈਕਟ੍ਰਮ ਰਿਕਾਰਡ ਕੀਤਾ ਉਤੋਂ ਆਪਾਂ ਨੂੰ ਪਤਾ ਲੱਗ ਗਿਆ 2B' ਜਿੱਥੋਂ ਆਪਾਂ B' ਕੱਢ ਲਿਆ B' ਫਾਊਂਡ ਫ੍ਰੋਮ rotational spectrum of substituted substance substituted substance ਤੋਂ ਆਪਾਂ b' ਕੱਢ ਲਿਆ ਠੀਕ ਹੈ ਨਾਉ b ਕਿਤੇ ਬਰਾਬਰ ਹੁੰਦਾ h upon 8 π² ic ਤੇ b' ਕਿਤੇ ਬਰਾਬਰ ਹੋਏਗਾ h upon 8 पाई स्क्वेयर i डश c ਕਿਉਂਕਿ ਬਾਕੀ ਸਾਰਾ ਕੁਝ ਤਾਂ ਕਨਸਟੈਂਟ ਆ ਉਹ ਤਾਂ ਚੇਂਜ ਨਹੀਂ ਕਰਦਾ h ਚੇਂਜ ਨਹੀਂ ਹੁੰਦਾ पाई ਚੇਂਜ ਨਹੀਂ ਹੁੰਦਾ 8 ਚੇਂਜ ਨਹੀਂ ਹੁੰਦਾ c ਚੇਂਜ ਨਹੀਂ ਹੁੰਦਾ ਸਿਰਫ i ਚੇਂਜ ਹੋਇਆ ਵਾ ਬਸ ਉਹ ਆਪਾਂ ਪਹਿਲੇ ਹੀ ਲਿਖ ਚੁੱਕੇ ਹਾਂ ਸੋ ਨਾਉ ਉਹਨਾਂ ਆਪਾਂ ਕੀ ਕਰ ਸਕਦੇ ਹਾਂ b b' ਡਿਵਾਈਡ ਕਰ ਦਈਏ ਦੋਨਾਂ ਨੂੰ ਇਟ ਵਿਲ ਕਮ ਆਊਟ ਟੂ ਬੀ ਅਲਟੀਮੇਟਲੀ i' i okay. <coughs> क्योंकि आई डिनोमीनेटर चा बी ओवर बी डैश इज इक्वल टू आई डैश अपॉन आई तो दिस इंप्लाइज आई डैश इज इक्वल टू बी अपॉन बी डैश i आई आई डैश इज म्यू डैश आर स्क्वेयर बी अपॉन बी डैश म्यू आर स्क्वेयर आर स्क्वेर आर स्क्वेयर कैंसल μ' b b' μ ਤਾਂ b ਸਾਨੂੰ ਪਤਾ ਲੱਗ ਜਾਊ ਸਪੈਕਟ੍ਰਮ ਤੋਂ b' ਕਿੱਥੋਂ ਪਤਾ ਲੱਗਿਆ ਉਹ ਵੀ ਸਪੈਕਟ੍ਰਮ ਤੋਂ μ ਅਸੀਂ ਕੱਢ ਸਕਦੇ ਹਾਂ μ ਸਾਨੂੰ ਆਲਰੇਡੀ ਪਤਾ ਕਿ ਜਦੋਂ ਸਬਸਟੈਂਸ ਦੇ ਵਿੱਚ ਆਈਸੋਟੋਪਿਕ ਸਬਸਟੀਟਿਊਸ਼ਨ ਨਹੀਂ ਕੀਤੀ ਸੀ ਆ HCl ਸੀਗਾ ਉਹਦੇ ਲਈ μ ਆਪਾਂ ਕੱਢ ਸਕਦੇ ਹਾਂ m1 m2 m1 m2 ਫਿਰ ਇਹਦੇ ਚ ਪੁੱਟ ਕਰਕੇ ਸਾਨੂੰ μ' ਦੀ ਵੈਲਿਊ ਪਤਾ ਲੱਗ ਜਾਊ ਫਿਰ μ' ਤੋਂ ਆਪਾਂ ਆਈਸੋਟੋਪ ਦਾ ਮਾਸ ਫਾਈਂਡ ਆਊਟ ਕਰ ਸਕਦੇ ਆ ਤੋ ਵੀ ਕੈਨ ਫਾਈਂਡ ਦਾ ਮਾਸ ਆਫ ਆਈਸੋਟੋਪ ਫ੍ਰੋਮ ਦਾ ਵੈਲਿਊ ਆਫ ਦਿਸ μ' ਦ μ' ਦੀ ਵੈਲਿਊ ਇਥੋਂ ਫਾਈਂਡ ਆਊਟ ਹੋਣੀ ਆ ਤੋ ਇਹ ਆਈਸੋਟੋਪਿਕ ਸਬਸਟੀਟਿਊਸ਼ਨ ਦਾ ਸਿਗਨੀਫਿਕੈਂਸ ਆ ਕਿ ਆਈਸੋਟੋਪਿਕ ਸਬਸਟੀਟਿਊਸ਼ਨ ਕਰਵਾ ਕੇ ਤੇ ਫਿਰ ਸਬਸਟੈਂਸ ਦਾ ਰੋਟੇਸ਼ਨਲ ਸਪੈਕਟ੍ਰਮ ਰਿਕਾਰਡ ਕਰਕੇ ਸਾਨੂੰ ਫਾਇਦਾ ਕੀ ਹੋਊਗਾ ਸਾਨੂੰ ਫਾਇਦਾ ਹੋਊਗਾ ਕਿ ਜਿਹੜਾ ਆਈਸੋਟੋਪ ਆ ਉਹਦਾ ਮੋਲਰ ਮਾਸ ਪਤਾ ਲੱਗ ਜੂ ਜੇ ਸਾਨੂੰ ਨਹੀਂ ਪਤਾ ਦੇ ਮੰਨ ਲਓ ਕੋਈ ਨਵਾਂ ਆਈਸੋਟੋਪ ਡਿਸਕਵਰ ਹੋਇਆ ਤੇ ਉਸ ਨਵੇਂ ਆਈਸੋਟੋਪ ਦਾ ਮੋਲਰ ਮਾਸ ਕੱਢਣਾ ਵਾ ਤਾਂ ਕਿੱਦਾਂ ਕਰ ਸਕਦੇ ਆ ਇਹ ਦੇਖ ਲਓ ਕਿਦਾਂ ਵਾ ਉਹ ਮੰਨ ਲਓ ਕਾਰਬਨ ਦਾ ਵਾ ਕਾਰਬਨ ਦੇ ਕੋਈ ਕੰਪਾਉਂਡ ਕਾਰਬਨ ਟੇਕ ਐਨੀ ਕੰਪਾਉਂਡ ਆਫ ਕਾਰਬਨ ਉਹਦਾ ਰੋਟੇਸ਼ਨਲ ਸਪੈਕਟ੍ਰਮ ਲੈ ਲਓ ਫਿਰ ਕਾਰਬਨ ਦਾ ਆਈਸੋਟੋਪ ਰੱਖ ਦਿਓ ਕਾਰਬਨ ਦੀ ਜਗ੍ਹਾ ਤੇ ਉਹਦਾ ਰੋਟੇਸ਼ਨਲ ਸਪੈਕਟ੍ਰਮ ਲੈ ਲਓ ਫਰਦੋਨਾ ਦੀਆਂ ਬੀ ਵੈਲਿਊਜ਼ ਨੂੰ ਕੰਪੇਅਰ ਕਰਕੇ ਤੇ ਉੱਥੋਂ ਤੋਂ ਸਾਈਸੋਟੋਪ ਦਾ ਮਾਸ ਕੱਢ ਸਕਦੇ ਹੋ ਆ ਸਾਰਾ ਪ੍ਰੋਸੀਜਰ ਫਾਲੋ ਕਰਕੇ ਤਾਂ ਏ ਦੀ ਸਿਗਨੀਫਿਕੈਂਸ